ਚੰਦਰਮਾ ਤੋਂ ਸਿਰਫ 2.1 ਕਿਲੋਮੀਟਰ ਦੀ ਦੂਰੀ ਤੇ 978 ਕਰੋੜ ਦੀ ਲਾਗਤ ਨਾਲ ਬਣੇ ਚੰਦਰਯਾਨ 2 ਦੇ ਲੈਂਡਰ ਵਿਕਰਮ ਦਾ ਇਸਰੋ ਦੇ ਸੈਂਟਰ ਨਾਲ ਸੰਪਰਕ ਟੁੱਟ ਗਿਆ। ਟੀਵੀ ਤੇ ਲਗਾਤਾਰ ਅੱਖਾਂ ਟਿਕਾਈ ਬੈਠੇ ਲੱਖਾਂ ਲੋਕਾਂ ਨੂੰ ਮਾਯੂਸੀ ਹੋਈ। ਇਹ ਸਭ ਕੁਝ ਚੰਦਰਯਾਨ 2 ਦੇ ਲੈਂਡਰ ਵਿਕਰਮ ਦੀ ਸੌਫਟ ਲੈਂਡਿੰਗ ਦੇ ਸਭ ਤੋਂ ਮੁਸ਼ਕਿਲ 15 ਮਿੰਟ ਦੌਰਾਨ ਹੋਇਆ। ਹਾਲੇ ਵੀ ਵਿਕਰਮ ਅਤੇ ਪ੍ਰਗਿਆਨ ਨਾਲ ਸੰਪਰਕ ਦੀਆਂ ਉਮੀਦਾਂ ਬਾਕੀ ਨੇ। ਚੰਦਰਯਾਨ 2 ਦਾ ਆਰਬਿਟਰ ਹਾਲੇ ਵੀ ਚੰਦਰਮਾ ਦਾ ਚੱਕਰ ਲਗਾ ਰਿਹਾ ਹੈ। 1 ਸਾਲ ਤੱਕ ਇਹ ਆਰਬਿਟਰ ਚੰਦਰਮਾ ਦੀਆਂ ਤਸਵੀਰਾਂ ਭੇਜਦਾ ਰਹੇਗਾ, ਜਿਸ ਦੇ ਨਾਲ ਚੰਦਰਮਾ ਸੰਬੰਧੀ ਜਾਣਕਾਰੀ ਲਗਾਤਾਰ ਮਿਲਦੀ ਰਹੇਗੀ। ਨਾਲ ਹੀ ਇਹ ਆਰਬਿਟਰ ਲੈਂਡਰ ਵਿਕਰਮ ਦੀਆਂ ਤਸਵੀਰਾਂ ਵੀ ਭੇਜ ਸਕਦਾ ਹੈ, ਜਿਸ ਤੋਂ ਲੈਂਡਰ ਵਿਕਰਮ ਦੀ ਸਥਿਤੀ ਦਾ ਪਤਾ ਚੱਲ ਸਕੇਗਾ। ਜੇਕਰ ਚੰਦਰਯਾਨ 2 ਚੰਦਰਮਾ ਦੀ ਸਤਹ ਤੇ ਕਾਮਯਾਬੀ ਨਾਲ ਲੈਂਡਿੰਗ ਕਰ ਲੈਂਦਾ ਤਾਂ ਭਾਰਤ ਦੁਨੀਆ ਵਿੱਚ ਚੌਥਾ ਦੇਸ਼ ਹੋਣਾ ਸੀ ਜਿਸ ਨੇ ਅਜਿਹੀ ਸਫਲਤਾ ਹਾਸਲ ਕੀਤੀ। ਇਸ ਤੋਂ ਪਹਿਲਾਂ US, ਰਸ਼ੀਆ ਐਂਡ ਚਾਈਨਾ ਨੂੰ ਇਹ ਸਫਲਤਾ ਮਿਲ ਚੁੱਕੀ ਹੈ। ਚੰਦਰਯਾਨ 2 ਨੂੰ ਚੰਦਰਮਾ ਦੇ ਦੱਖਣੀ ਧੁਰੇ ਦੀ ਖੋਜ ਲਈ ਭੇਜਿਆ ਗਿਆ ਸੀ। ਹੁਣ ਤੱਕ ਚੰਦਰਮਾ ਦੇ ਦੱਖਣੀ ਧੁਰੇ ਦੀ ਜ਼ਮੀਨ ਤੱਕ ਕੋਈ ਵੀ ਦੇਸ਼ ਆਪਣੀ ਪਹੁੰਚ ਨਹੀਂ ਕਰ ਸਕਿਆ। ਚੰਦਰਯਾਨ 2 ਚੰਦਰਯਾਨ 1 ਦਾ ਹੀ ਕੰਟੀਨਿਊ ਪ੍ਰੋਗਰਾਮ ਸੀ। ਚੰਦਰਯਾਨ 1 ਵੀ ਚੰਦਰਮਾ ਦੇ ਸਾਊਥ ਪੋਲ ਵੱਲ ਲੈਂਡ ਹੋਣ ਸਮੇਂ ਕ੍ਰੈਸ਼ ਹੋ ਗਿਆ ਸੀ, ਪਰ ਨਾਲ ਹੀ ਚੰਦਰਯਾਨ 1 ਤੋਂ ਮਿਲੀ ਜਾਣਕਾਰੀ ਤੋਂ ਹੀ ਪਤਾ ਚੱਲ ਸਕਿਆ ਸੀ ਕਿ ਚੰਦਰਮਾ ਤੇ ਪਾਣੀ ਮੌਜੂਦ ਹੈ। ਚੰਦਰਯਾਨ 2 ਨਾਲ ਸੋਲਰ ਸਿਸਟਮ ਦੇ ਦੱਖਣੀ ਧੁਰੇ ਦੇ ਕਈ ਪਹਿਲੂਆਂ ਬਾਰੇ ਜਾਣਕਾਰੀ ਮਿਲਣੀ ਸੀ, ਜੋ ਹੁਣ ਤੱਕ ਕਿਸੇ ਨੂੰ ਵੀ ਨਹੀਂ ਪਤਾ। ਚੰਦਰਯਾਨ 2 ਨੂੰ ਚੰਦਰਮਾ ਵੱਲ ਭੇਜਣ ਲਈ GSLV MK3 ਲਾਂਚਰ ਵਰਤਿਆ ਗਿਆ ਸੀ, ਜੋ ਇੰਡੀਆ ਦਾ ਸਭ ਤੋਂ ਜ਼ਿਆਦਾ ਪਾਵਰਫੁਲ ਲਾਂਚਰ ਹੈ। ਚੰਦਰਮਾ ਦੇ ਦੱਖਣੀ ਧੁਰੇ ਦੀ ਖੋਜ ਲਈ ਭੇਜੇ ਗਏ ਚੰਦਰਯਾਨ 2 ਨੂੰ ਬਣਾਉਣ ਦੇ ਲਈ ਤਕਰੀਬਨ 978 ਕਰੋੜ ਦਾ ਖਰਚਾ ਕੀਤਾ ਗਿਆ ਸੀ। ਚੰਦਰਯਾਨ 2 ਦਾ ਆਰਬਿਟਰ ਹਾਲੇ ਵੀ ਚੰਦਰਮਾ ਦਾ ਚੱਕਰ ਲਗਾ ਰਿਹਾ ਹੈ। 1 ਸਾਲ ਤੱਕ ਇਹ ਆਰਬਿਟਰ ਚੰਦਰਮਾ ਦੀਆਂ ਤਸਵੀਰਾਂ ਭੇਜਦਾ ਰਹੇਗਾ, ਜਿਸ ਨਾਲ ਚੰਦਰਮਾ ਸੰਬੰਧੀ ਜਾਣਕਾਰੀ ਲਗਾਤਾਰ 1 ਸਾਲ ਤੱਕ ਮਿਲਦੀ ਰਹੇਗੀ। ਨਾਲ ਹੀ ਇਹ ਆਰਬਿਟਰ ਲੈਂਡਰ ਵਿਕਰਮ ਦੀਆਂ ਤਸਵੀਰਾਂ ਵੀ ਭੇਜ ਸਕਦਾ ਹੈ, ਜਿਸ ਤੋਂ ਲੈਂਡਰ ਵਿਕਰਮ ਦੀ ਸਥਿਤੀ ਦਾ ਪਤਾ ਲਗਾਇਆ ਜਾ ਸਕਦਾ ਹੈ। ਖ਼ਬਰਾਂ ਦੇ ਤਾਜ਼ਾ ਅਪਡੇਟਸ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਨਿਰਪੱਖ ਪੋਸਟ, ਖ਼ਬਰ ਦੀ ਨਿਰਪੱਖ ਆਵਾਜ਼।